ਕਹੀਏ ਬਈ ਕੀ ਕਰ ਰਹੇ ਸੀ ਆਪਾਂ ਚੈਪਟਰ ਕਿਹੜਾ ਸੀਗਾ ਆਪਣਾ ਸੋਰੀ ਜਿਹੜਾ ਟੋਪਿਕ ਸੀਗਾ ਕੀ ਸੀ ਉਹਦਾ ਹੈ ਨਾ ਓਵਰ ਰਾਈਡਿੰਗ ਅਤੇ ਲੋਡਿੰਗ ਰਾਈਡਿੰਗ ਤੁਸੀਂ ਗੱਲ ਕਰ ਰਹੇ ਸੀ ਨਾ ਰਾਈਡਿੰਗ ਦਾ ਮਤਲਬ ਇਹ ਸੀਗਾ ਵੀ ਤੁਸੀਂ ਕਹਿ ਰਹੇ ਨਾ ਵੀ ਉਹਦੇ ਵਿੱਚ ਨੰਬਰ ਆਫ ਦਾ ਆਰਗੂਮੈਂਟ ਦੇਖਣਾ ਪੈਂਦਾ ਉਹਦੇ ਵਿੱਚ ਦੋ ਨੇ ਤਿੰਨ ਨੇ ਚਾਰ ਨੇ ਉਹਦੇ ਵਿੱਚ ਕੋਈ ਮਤਲਬ ਨਹੀਂ ਰੱਖਦੀ ਇਹ ਚੀਜ਼ ਭਾਵੇਂ ਸਾਰਿਆਂ ਦੇ ਵਿੱਚ ਨੰਬਰ ਇੱਕੇ ਵੇਰੀਏਬਲ ਹੈ ਐਡ ਕੀ ਸੀਗਾ ਇੰਟ ਏ ਐਡ ਇੰਟ ਏ ਐਡ ਇੰਟ ਬੀ ਹੈ ਨਾ ਮਤਲਬ ਇੱਕ ਕੋਈ ਚੱਕਰ ਨਹੀਂ ਹੈ ਠੀਕ ਹੈ ਓਵਰ ਰਾਈਡਿੰਗ ਦੇ ਵਿੱਚ ਜਿਹੜਾ ਲੋਡਿੰਗ ਹੈ ਇਹ ਇਸ ਚੀਜ਼ ਨੂੰ ਦੇਖਦਾ ਹੈ ਠੀਕ ਹੈ ਦੇਖ ਆਪਾਂ ਕਰਦੇ ਹਾਂ ਕਲਾਸ ਕੋਈ ਕਲਾਸ ਲੈਣੇ ਕੀ ਲੈਣਾ ਬੋਲੋ ਇਹ ਲੈਣਾ ਚਲੋ ਠੀਕ ਹੈ ਜੀ ਹਾਂ ਕਰਲੀ ਬੇਸ ਲੱਗ ਗਈ ਅੱਗੇ ਆਪਾਂ ਇੱਥੇ ਮੈਥਡ ਤਿਆਰ ਕਰਾਂਗੇ ਪਬਲਿਕ ਹਾਂ ਜਬ ਐਂ ਕਰੀਏ ਤੁਸੀਂ ਕੀ ਕਰ ਸੀ ਇੰਟ ਏ ਲੈ ਲੈਂਦੇ ਆਪਾਂ ਠੀਕ ਹੈ ਇਹ ਸੀਗਾ ਯੈਸ ਇਹ ਕਲਾਸ ਏ ਹੈ ਇਹ ਕਲਾਸ ਏ ਹੈ ਆਪਣਾ ਜਿਹੜਾ ਇਹ ਇੰਟ ਵੈਰੀਏਬਲ ਹੈ ਕਿ ਇੱਕ ਜਸਟ ਵੈਰੀਏਬਲ ਹੈ ਇੰਸਟੈਂਸ ਵੈਰੀਏਬਲ ਠੀਕ ਹੈ ਕਲਾਸ ਦੇ ਅੰਦਰ ਯੈਸ ਪਬਲਿਕ ਯੈਸ ਉਹ ਉਹ ਤੋਂ ਬਾਹਰ ਹੋ ਗਿਆ ਸੀ ਹਾਂ ਫਿਰ ਚੱਲਿਆ ਨਹੀਂ ਸੀ ਹੁਣ ਕਲਾਸ ਦੇ ਇਹ ਆਪਾਂ ਨਾ ਸਟੈਟਿਕ ਵਰਡ ਮੈਂ ਨਹੀਂ ਕਰਦੇ ਸਲੋ ਬੇਟਾ ਆਪਾਂ ਕੀ ਕਰ ਰਹੇ ਹਾਂ ਸਟੈਟਿਕ ਵਰਡ ਮੈਨ ਮੇਨ ਮੈਥਡ ਨੂੰ ਬਣਾ ਰਹੇ ਜਸਟ ਮੈਥਡ ਬਣਾ ਰਹੇ ਆਪਾਂ ਠੀਕ ਹੈ ਵਰਡ ਕੀ ਨਾਮ ਸੀ ਉਹਦਾ ਲਾਈਕ ਐਡ ਸੀ ਠੀਕ ਹੈ ਉਹਦੇ ਅੰਦਰ ਕੀ ਸੀਗਾ ਵੈਰੀਏਬਲ ਇੰਟ ਏ ਸੀਗਾ ਠੀਕ ਹੈ ਇੱਦਾਂ ਹੀ ਸੀ ਓਕੇ ਆਪਾਂ ਐਸ ਓ ਪੀ ਕਰਾ ਲੈਂਦੇ ਹਾਂ ਸਿਸਟਮ ਕੀ ਸੀ ਅੱਗੇ ਡੋਟ ਆਊਟ ਡੋਟ ਪ੍ਰਿੰਟ ਇਹਨੂੰ ਆਪਾਂ ਕਰਾ ਲੈਂਦੇ ਵੀ ਏਜ ਜਾਂ ਆਪਣਾ ਐਂ ਕਰ ਲੈਂਦੇ ਆਪਾਂ ਵੀ ਏਜ ਜੈਂਡਰ ਠੀਕ ਹੈ ਮਤਲਬ ਆਪਾਂ ਕੀ ਕਰ ਰਹੇ ਹਾਂ ਬੇਟਾ ਇੱਥੇ ਓਵਰਲੋਡਿੰਗ ਕਰ ਰਹੇ ਹਾਂ ਇੱਕ ਮੈਥਡ ਬਣਾਇਆ ਆਪਾਂ ਨੇ ਕਿਹੜਾ ਵਰਡ ਪਬਲਿਕ ਵਰਡ ਐਡ ਮੌਮ ਠੀਕ ਹੈ ਇਹੀ ਸੇਮ ਮੈਥਡ ਆਪਾਂ ਇਹਦਾ ਕਲਾਸ ਇੱਕ ਸੀ ਆਪਣੀ ਆਹ ਦੇਖੋ ਕਲਾਸ ਬੰਦ ਹੋ ਗਈ ਹੁਣ ਦੂਜੀ ਕਲਾਸ ਆ ਗਈ ਬੱਚੇ ਕਲਾਸ ਕਿਹੜੀ ਆ ਗਈ ਹੁਣ ਵੈਰੀ ਗੁੱਡ ਯੈਸ ਇੱਥੇ ਆਪਾਂ ਕੀ ਹਾਂ ਬਿਲਕੁਲ ਕਰਾਂਗੇ ਕੀ ਕਰਾਂ ਆਪਾਂ ਈ ਐਕਸ ਐਕਸਟੈਂਡ ਐਂਡਸ ਕਿਹਨੂੰ ਕਰਾਂਗੇ ਆਪਾਂ ਏ ਨੂੰ ਓਕੇ ਇੱਥੇ ਫਿਰ ਆਪਾਂ ਕੀ ਬਣਾਉਂਦੇ ਹਾਂ ਉਹੀ ਮੇਨ ਸੇਮ ਮੈਥਡ ਪਬਲਿਕ ਕਿਹੜਾ ਸੀ ਵਰਡ ਠੀਕ ਹੈ ਬੇਟਾ ਇੱਥੇ ਆਪਾਂ ਨੇ ਕਿੰਨੇ ਵੈਰੀਏਬਲ ਲੈ ਲਏ ਇੱਕ ਅਤੇ ਦੋ ਲੈ ਲਏ ਠੀਕ ਹੈ ਓਕੇ ਜੀ ਯੈਸ ਹੁਣ ਇੱਥੇ ਕੀ ਕਰਾਂਗੇ ਪੁੱਤ ਆਪਾਂ ਇਹੀ ਆਪਾਂ ਐਸ ਓ ਪੀ ਲਗਾ ਦਿੰਦੇ ਹਾਂ ਇਹਨੂੰ ਆਪਾਂ ਕੀ ਕਰ ਲੈਂਦੇ ਹਾਂ ਕਾਪੀ ਲਿਖਾਂਗੇ ਟਾਈਮ ਆਪਣਾ ਕੰਜ਼ੂਮ ਹੁੰਦਾ ਹਾਂ ਠੀਕ ਹੈ ਇੱਥੇ ਕੀ ਕਰਾਂਗੇ ਆਪਾਂ ਯੈਸ ਕਿਉਂਕਿ ਬੇਟਾ ਬੀ ਕਲਾਸ ਹੈ ਨਾ ਆਪਾਂ ਕੀ ਕਰ ਰਹੇ ਹਾਂ ਮਲਟੀਪਲ ਕਲਾਸ ਦੇ ਵਿੱਚ ਜਿਹੜੀ ਆਪਣੀ ਮੇਨ ਕਲਾਸ ਹੈ ਬੇਸ ਕਲਾਸ ਇੱਥੇ ਆਪਣੀ ਸਬ ਕਲਾਸ ਕਿਹੜੀ ਹੈ ਬੀ ਇੱਥੇ ਆਪਾਂ ਕੀ ਕਰ ਰਹੇ ਹਾਂ ਦੇਖੋ ਵਰਡ ਇੱਕ ਫੰਕਸ਼ਨ ਹੈ ਮੈਥਡ ਹੈ ਜਿਹੜਾ ਕਿਹਨੂੰ ਵਰਕ ਕਰ ਰਿਹਾ ਕਲਾਸ ਏ ਨੂੰ ਠੀਕ ਹੈ ਜੀ ਬਸ ਆਹ ਗੱਲ ਸੀਗੀ ਇਹਨੂੰ ਤੁਸੀਂ ਆਪਾਂ ਕੀ ਕਰਾਂਗੇ ਬੰਦ ਕਰ ਦਾਂਗੇ ਬੰਦ ਹੋ ਗਿਆ ਅਤੇ ਆ ਤੁਹਾਡੀ ਕੀ ਹੋ ਗਈ ਮੇਨ ਕਲਾਸ ਬੰਦ ਹੋ ਗਈ ਠੀਕ ਹੈ ਜੀ ਥੋੜ੍ਹਾ ਜਿਹਾ ਇਹਨੂੰ ਮੈਂ ਜੂਮ ਆਊਟ ਕਰ ਲੈਣਾ ਤੁਹਾਨੂੰ ਸੋ ਤੁਹਾਡੇ ਦਿਖਣ ਲੱਗ ਜਾਏ ਦਿਖ ਰਿਹਾ ਸਾਰਿਆਂ ਨੂੰ ਇਹ ਕਲਾਸ ਏ ਬਣ ਗਈ ਬਈ ਠੀਕ ਹੈ ਜੀ ਨਾ ਆਪਾਂ ਬਸ ਮੇਨ ਮੈਥਡ ਬਣਾਉਂਗੇ ਆਹ ਕਲਾਸ ਕਿਹੜੀ ਬਣ ਗਈ ਬੇਟਾ ਬੀ ਹੁਣ ਮੇਨ ਮੈਥਡ ਬਣਾ ਲਓ ਜਿਹੜਾ ਹੈਗਾ ਕਲਾਸ ਲਾਸਟ ਹੈ ਨਾ ਕੋਈ ਵੀ ਨਾਮ ਦੇ ਦਿਓ ਇੱਥੇ ਕੀ ਬਣਾ ਮੇਨ ਮੈਥਡ ਕੀ ਬਣਦਾ ਪਬਲਿਕ ਸਟੈਟਿਕ ਹਾਂ ਵਰਡ ਵੈਰੀ ਗੁੱਡ ਦੇਖੋ ਬੇਟਾ ਅੱਗਾ ਸਟ੍ਰਿੰਗ ਏ ਆਰ ਜੀ ਐਸ ਬ੍ਰੈਕਟ ਸ਼ੁਰੂ ਹੈ ਨਾ ਇੱਥੇ ਕੀ ਕਰਾਂਗੇ ਓਬਜੈਕਟ ਬਣਾਵਾਂਗੇ ਨਾ ਕੋਲ ਵਾਸਤੇ ਕੀ ਨਾਮ ਹੈ ਕਲਾਸ ਦੂਜੀ ਦਾ ਕਲਾਸ ਬੀ ਓ ਬੀ ਜੇ ਕੋਈ ਵੀ ਲੈ ਲਿਆ ਨਾਮ ਠੀਕ ਹੈ ਇਹ ਓਬਜੈਕਟ ਕ੍ਰੀਏਟ ਹੋ ਕਰਨੀ ਹੂੰ ਬੀ ਓਬਜੈਕਟ ਕਿਹੜਾ ਹੈ ਓਬਜੈਕਟ ਦਾ ਇੱਕ ਵੈਰੀਏਬਲ ਹੈ ਤਾਂ ਓਬਜੈਕਟ ਕਦੋਂ ਬਣਿਆ ਜਦੋਂ ਆਪਾਂ ਨੇ ਕੀ ਲਿਖਿਆ ਨਿਊ ਬੀ ਲਿਖਿਆ ਇਹ ਓਬਜੈਕਟ ਬਣ ਗਿਆ ਠੀਕ ਹੈ ਜੀ ਹੁਣ ਆਪਾਂ ਬੇਟਾ ਕੋਲ ਕਰਵਾ ਲਾਂਗੇ ਕੀ ਕਰਾਂਗੇ ਬੀ ਡੋਟ ਕਿਹੜੀ ਕਲਾਸ ਸੀ ਹਾਂ ਕਿਹੜਾ ਮੈਥਡ ਸੀਗਾ ਇੱਥੇ ਜਿਹੜਾ ਸੀ ਐਡ ਵਾਲਾ ਸੀ ਨਾ ਇਹ ਆਪਾਂ ਨੇ ਇੱਥੇ ਪੇਸਟ ਕਰ ਲਿਆ ਬੇਟਾ ਹੁਣ ਏ ਦੀ ਜਗ੍ਹਾ 'ਤੇ ਆਪਾਂ ਵੈਰੀਏਬਲ ਦੀ ਜਿਹੜੀ ਵੈਲਿਊ ਹੈ ਸਾਈਨ ਕਰਾਵਾਂਗੇ ਕਿੰਨੀ ਕਰਾ ਲਈ ਮੰਨ ਲਓ ਸਮਝ ਗਏ ਓਕੇ ਇੰਟਰ ਦੂਜਾ ਕਿਹੜਾ ਸੀਗਾ ਫਿਰ ਬੀ ਡੋਟ ਐਡ ਬਟ ਵਟ ਆਰ ਯੂ ਵਾਚਿੰਗ ਦੇਅਰ ਆਰ ਦੇਅਰ ਇਜ਼ ਏ ਐਂਡ ਬੀ ਹੇਅਰ ਕਿੰਨੇ ਨੇ ਦੋ ਬੋਥ ਠੀਕ ਹੈ
सो बोथ ऑफ इन टाइप दो ने इतने आप की करेंगे जिम्मे मान लो छे ते कोमा सत्त ठीक है बेटा टर्मीनेट हो गया बस कर दिए क्लोज अब मैथड क्लोज होगा भी थोड़ा तो थोड़ा मेन ब्रैकेट बंद हो गया ठीक है सही है हूँ मेन क्लास का की नाम बई हूँ आप क्लासा की करने की जरूरत नहीं है एग्जीक्यूट सॉरी कंपाइल करने की जोड़ नहीं है जी मेन क्लास अपनी कि लास्ट इनू करा आप ठीक है सेव करिए कंट्रोल एस दबाया यस जावा दे पा देना ठीक है इतने एल ए एस टी लास्ट डॉट जावा सेव कर देना ठीक है विंडो प्लस आर दबाते हुए सी एम डी कढ़ लेने बेटा वहाँ कि ड्राइवर से हो एफ एफ की डायरेक्टरी चैक की इतने की पे है पे इतने जावा आ रहा ठीक है ओके इतने आप करा सी डी जावा फिर डायरेक्टरी चैक की नाम से अपने प्रोग्राम का लास्ट डॉट जावा जे ए वी ए सी जावा कंपाइल करने की नाम से लास्ट डॉट एंटर लगाया इतने देखना एरर दिखा रहे किन्ने बी डॉट एड तो बी डॉट पढ़ो की है नॉन स्टैटिक मैथड कि नॉन स्टैटिक आप क्लास में देख रहे हैं क्लास ए अंदर चैक करो एक बार ये जो अपना वेरीएबल दे रहे हैं क्लोज कर दो यस यस इन हटा देना मैं कंट्रोल एस दबाया अपने अगे होर चैक करो मर जा क्योंकि अपने इतने ये जोड़ा बेटा वेरीएबल है ना सालू पता यह इंस्टेंस वेरीएबल है किड़ा है अगे आप भी करा फाइनल क्लास फाइनल की वर्ड होंगे ठीक है ये जो आप करा सारा इन छड़ दो ठीक है ओके हूँ देखिए कंट्रोल एस दबाया अगेन कम टू बैक सी एम डी जावा सी की नाम सी लास्ट डॉट एंटर लगाया हूँ इतने की है हूँ भी दो आ रहे हैं चैक करो भी किड़ा रहे कहता इंट है ना कैन नॉट भी की लिखा रेफरेंस फ्रॉम दी स्टैटिक कंटेक्स्ट ठीक है जी देखो भी किड़ा इंट कह रहे हैं गल सुनियो आपने ये तो बना लिया बेटा है पुत्र क्लास तो बना ली आपने हूँ आप कला मैथड कोल भी करा ना किमें करोगे देखो जोड़ा ये ऐड है ना देखो भाई तुम भी चेक करो की है ना ये की कह रहा नॉन स्टैटिक मैथड एड इंट कैन नॉट बी रेफरेंस फ्रॉम स्टैटिक कॉन्टेक्स्ट ठीक है एड इंट इंट ओके पता सिंपल सेव किया पता अपने देखो वेरी गुड ये बी नहीं पाना इतने की पाना अपने यस ऑब्जेक्ट ना ही करें कोर्स आप लास्ट तुम कितने खोल रहे हो भाई इतने की करेंगे इतने भी ओ बी ऑब्जेक्ट नहीं कॉल करते हैं आप इधर तो फोकस करेंगे अपने मैं सुने नहीं बेटा चलो ठीक है तुम बोले नहीं शायद फिर मैं सुने नहीं होना हाँ देखो जावा अगेन एंटर कोई एरर नहीं है जावा करके की नाम बेटा यस हूँ देखो बेटा की आ रहा थे ए इज प्रेजेंट एयर बी इज दिस हूँ यह कह रहा भी देखे थोड़े को मैथड की है यही सेम ने बी दे विच है पुत्र तो यही कि है समझ गए बस आ चीज़ ताकि ओवरलोडिंग है कि यह हूँ देखो एक गल होर सुनो मेरे ध्यान वाला जे आप इस मैथड में ना लिखिए जे आप मैथड में इतों कट कर लेना कंट्रोल एक्स ना ठीक है पुत्र जे आप ये पा दिए बी है पुत्र जे ये पा दिए बी कि हूँ चलेगा ये पुछो देखो ये की है खाली है क्लास की है कोई गल नहीं ब्लैंक है जी उ हाँ उ दो मैथड की पा लिया अपने
ਕਿਉਂਕਿ ਓਵਰਲੋਡਿੰਗ ਹੈ ਨਾ, ਭਾਵੇਂ ਤੇ ਦੋ ਦੀ ਜਗ੍ਹਾ ਚਾਰ ਹੋਣ, ਡਜ਼ਨਟ ਮੈਟਰ। ਕੰਟਰੋਲ ਐਸ, ਯੈਸ, ਅਗੇਨ ਮੈਨੂੰ ਕੰਪਾਈਲ ਕਰਨ ਲੱਗਿਆ, ਠੀਕ ਹੈ, ਐਂਟਰ। ਹੁਣ ਜਾਵਾ ਕੀ ਸੀਗਾ ਲਾਸਟ, ਆ ਦੇਖੋ ਆ ਰਹੇ ਨੇ ਫਿਰ ਵੀ ਹੋਈ ਸੇਮ। ਇੱਕ ਚੀਜ਼ ਹੋਰ ਪੁੱਛੋ ਕਿ ਤੁਸੀਂ ਇੱਥੇ ਜਿਹੜੇ ਵੇਰੀਏਬਲ ਨੇ ਕਿਹੜੇ ਨੇ, ਏ ਐਂਡ ਬੀ, ਅਤੇ ਆਊਟਪੁੱਟ ਦੇ ਵਿੱਚ ਕੀ ਹੈ, ਪੰਜ ਅਤੇ ਛੇ ਹੈ। ਇਹ ਸਰ ਆਹ ਕਿਉਂ ਨਹੀਂ ਆ ਰਿਹਾ, ਕਿਉਂਕਿ ਬੇਟਾ ਆਪਾਂ ਨੇ ਆਊਟਪੁੱਟ ਦੇ ਵਿੱਚ ਜਿਹੜਾ ਐਸ ਓ ਪੀ ਲਗਾਇਆ ਹੈ, ਇੱਥੇ ਲਿਖਣਾ ਪਊਗਾ ਨਾ ਬੀ ਇਜ਼, ਇੱਥੇ ਕੀ ਕਰਾਂ ਪਲੱਸ, ਆਪਾਂ ਕੀ ਕਰਾਂ ਬੇਟਾ, ਕਿਹੜਾ ਵੇਰੀਏਬਲ ਹੈ ਏ, ਹੈ ਨਾ, ਅਤੇ ਕੋਮਾ ਬੀ, ਠੀਕ ਹੈ, ਜਾਂ ਫਿਰ ਪਲੱਸ ਕਰਾ ਲਓ, ਜੋ ਵੀ ਤੁਸੀਂ ਚਾਹੁੰਦੇ ਹੋ ਤੁਸੀਂ ਇੱਥੇ ਲਿਖ ਸਕਦੇ ਹੋ, ਠੀਕ ਹੈ, ਜਾਂ ਫਿਰ ਇੱਥੇ ਕਰੋ ਏ ਕਲਾਸ ਅੰਦਰ ਚਲੇ ਜਾਓ, ਏ ਕਿੱਥੇ ਹੈ, ਥੱਲੇ ਹੈ ਨਾ, ਜਿਹੜੀ ਵੀ ਵੈਲਿਊ ਚਾਹੀਦੀ ਤੁਸੀਂ ਉਹ ਲਿਖ ਦਿਓ ਬਸ, ਇੱਥੇ ਏ ਹੈ ਉੱਥੇ ਤਾਂ ਏ ਅਤੇ ਬੀ ਲਿਖ ਦਿਓ, ਠੀਕ ਹੈ। ਕੰਟਰੋਲ ਐਸ ਕੀਤਾ ਮੈਂ, ਆਹ ਦੇਖੋ ਆਪਾਂ ਨੇ ਐਡ ਤਾਂ ਬਣਾਇਆ ਸੀ ਵੀ ਜੋੜ ਕਰਾਂਗੇ, ਪਰ ਜੋੜ ਆਪਾਂ ਨੇ ਕੀਤਾ ਹੈਗਾ ਜੀ, ਖੈਰ ਟਾਈਮ ਜ਼ਿਆਦਾ ਲੱਗੀ ਰਿਕੋਰਡਿੰਗ, ਠੀਕ ਹੈ, ਫਿਰ ਵਾਲੀ ਵੱਡੀ ਫਾਈਲ ਬਣ ਕੇ ਫਾਇਦਾ ਨਹੀਂ ਹੈ। ਆਹ ਦੇਖੋ ਹੋ ਗਿਆ, ਹਾਂ ਬੇਟਾ, ਠੀਕ ਹੈ ਵੀ, ਆਹ ਦੇਖੋ ਫਾਈਵ ਆ ਗਿਆ ਨਾ।